ਸੇ ਮੇਰਾ ਫਸਟ ਕਾਉਂਸਲਿੰਗ ਵਿੱਚ ਨਾਮ ਨਹੀਂ ਆਇਆ ਸੀ ਸਾਡੇ ਕਾਲਜ ਵਾਲੇ ਕਹਿੰਦੇ ਨੇ ਕਿ ਤੁਸੀਂ ਆਪਣੀ ਡਾਕੂਮੈਂਟਸ ਦੇ ਜਾਓ ਅਸੀਂ ਸੀਟ ਫਿਲ ਕਰਨੀ ਆ ਸੋ ਦੇਖੋ ਕਰ ਸਕਦੇ ਨੇ ਲੇਕਿਨ ਥਰਡ ਕਾਉਂਸਲਿੰਗ 'ਚ ਕੀ ਨਿਰਦੇਸ਼ ਯੂਨੀਵਰਸਿਟੀ ਵੱਲੋਂ ਆਉਣਾ ਹੈ ਕੁਛ ਨਹੀਂ ਪਤਾ ਪਿਛਲੀ ਵਾਰ 3000 ਬੱਚਿਆਂ ਦਾ ਨੁਕਸਾਨ ਹੋਇਆ ਸੀ ਤੁਸੀਂ ਡਾਕੂਮੈਂਟ ਦਿੰਦੇ ਹੋ ਤੁਸੀਂ ਜ਼ਿੰਮੇਵਾਰ ਹੋ ਮੈਂ ਕੋਈ ਇੱਦਾਂ ਦਾ ਸੁਜੈਸ਼ਨ ਨਹੀਂ ਦੇਵਾਂਗਾ ਤੀਜੀ ਇਹ ਸੈਕਿੰਡ ਕਾਉਂਸਲਿੰਗ 'ਚ ਤੁਸੀਂ ਫੀਸ ਆਪਣੀ ਕਾਉਂਸਲਿੰਗ ਚੁਆਇਸ ਫਿਲ ਕਰੋ ਹਜੇ ਟਾਈਮ ਹੈ ਅਤੇ ਤੁਸੀਂ ਉਤਰੋ ਜੇ ਤੁਹਾਡਾ ਸੈਟਿੰਗ ਆ ਜਾਂਦੀ ਠੀਕ ਹੈ ਨਹੀਂ ਤਾਂ ਥਰਡ ਕਾਉਂਸਲਿੰਗ ਵਿੱਚ ਡਾਇਰੈਕਟ ਕਾਉਂਸਲਿੰਗ ਮਿਲੇ ਸੀਟ ਮਿਲੇਗੀ ਲੈ ਲੈਣਾ ਹੈ ਨਾ ਸੋ ਅਸੀਂ ਸੀਟ ਫਿਲ ਕਰਨੀ ਹੈ ਮੇਰੇ ਹਿਸਾਬ ਨਾਲ ਮੈਂ ਤਾਂ ਸੁਜੈਸ਼ਨ ਨਹੀਂ ਦਿੰਦਾ ਕਿ ਹਾਂ ਜੇ ਬਹੁਤ ਜ਼ਿਆਦਾ ਵਿਸ਼ਵਾਸ ਵਾਲੇ ਵਿੱਚ ਆਪਣਾ ਪਾਤਰ ਕੋਈ ਹੈ ਤੁਸੀਂ ਆਪਣੇ ਪੱਧਰ 'ਤੇ ਕਰ ਸਕਦੇ ਹੋ ਸਰ 2016 ਵਿੱਚ ਮੇਰਾ ETT ਕੀਤੀ ਸੀ ਹਾਂ ਇੰਗਲਿਸ਼ ਹੋ ਗਈ ਗੱਲ ਹੋਰ ਕੋਈ ਇਹਦੇ ਵਿੱਚ ਹਾਂ ਸਰ ਮੇਰਾ ਫਸਟ ਕਾਉਂਸਲਿੰਗ ਵਿੱਚ ਨਾਮ ਆ ਗਿਆ ਸੀ ਸੋ ਕਿ ਇਹ ਵੀ ਗੱਲ ਹੋ ਗਈ ਹੈ ਇੱਕ ਹੋਰ ਸੀ ਸਰ ਮੇਰਾ BA ਮੈਂ ਹੋਮ ਸਾਇੰਸ ਇਲੈਕਟਿਵ ਪੰਜਾਬੀ ਔਰ ਫੋਕ ਆਰਟ ਕਲਚਰ ਸਬਜੈਕਟ BEd ਮੈਂ ਮੁਝੇ PGT ਕੇ ਲੀਏ ਕੌਨ ਸੇ ਸਬਜੈਕਟ ਅਡੀਸ਼ਨਲ ਦੇਣਾ ਹੋਗਾ BEd ਮੈਂ ਮੁਝੇ ਹੋਮ ਸਾਇੰਸ ਔਰ ਪੰਜਾਬੀ ਮਿਲਾ ਹੈ ਤੋ ਆਪਕੋ PGT ਹੈ PGT MA ਪੰਜਾਬੀ ਕਰ ਸਕਦੇ ਹੋ ਆਪ ਜਿਹੜਾ ਹੈ ਤੁਸੀਂ BEd 'ਚ ਤਾਂ ਕਿਉਂਕਿ ਪੰਜਾਬੀ ਇਲੈਕਟਿਵ ਪੜ੍ਹਿਆ ਹੋਇਆ ਹੈ ਨਾ ਆਹ ਦੇਖੋ ਪੜ੍ਹਿਆ ਹੋਇਆ ਹੈ MA ਪੰਜਾਬੀ ਕਰੋਗੇ ਤੁਸੀਂ PGT ਪੰਜਾਬੀ ਲਈ ਐਲੀਜੀਬਲ ਹੋ ਜਾਓਗੇ ਔਰ ਜੇ ਹੋਮ ਸਾਇੰਸ ਦੀ ਕਰੋਗੇ ਹੋਮ ਸਾਇੰਸ ਦੀਆਂ ਪੋਸਟਾਂ ਨਹੀਂ ਨਿਕਲਦੀਆਂ ਮੈਂ ਐਵੇਂ ਵਾਅਦਾ ਕਰਦਾ ਕਿ MA ਇਹਦੀ ਕਰੋ ਪੰਜਾਬੀ ਬੈਟਰ ਪ੍ਰੈਫਰ ਕਰੋ ਇਹਦੀ MA ਕਰੋਗੇ ਅਤੇ ਹੋਮ ਸਾਇੰਸ ਲਈ ਉਹ ਬਣ ਜਾਓਗੇ PGT ਲਈ ਐਲੀਜੀਬਲ ਕੋਈ ਹੋਰ ਮਿਸ ਤਾਂ ਨਹੀਂ ਹੋਇਆ ਇਹ ਦੇਖ ਲਈਏ ਨਹੀਂ ਤਾਂ ਅੱਗੇ ਚੱਲਦੇ ਹਾਂ ਹਾਂ ਸਰ ਪਲੀਜ਼ ਇਹ ਹੋ ਚੁੱਕਾ ਹੈ ਇਹ ਪੁੱਛ ਰਹੇ ਨੇ ਕਿ ਇਹਨਾਂ ਨੇ ਮੈਥਸ ਫਿਜ਼ਿਕਸ ਕੰਪਿਊਟਰ ਸਾਇੰਸ ਪੜ੍ਹਿਆ ਹੋਇਆ ਹੈ ਅਤੇ ਇਹ ਲੈਣਾ ਚਾਹੁੰਦੇ ਨੇ ਮੈਥਸ ਤੁਸੀਂ ਲੈ ਸਕਦੇ ਹੋ ਇਹਦੇ ਲਈ ਤੁਹਾਨੂੰ ਕੋਈ ਐਡੀਸ਼ਨਲ ਪੇਪਰ ਨਹੀਂ ਦੇਣਾ ਪਏਗਾ ਮੈਥਸ ਦੇ ਨਾਲ ਤੁਸੀਂ ਫਿਜ਼ੀਕਲ ਸਾਇੰਸ ਵੀ ਲੈ ਸਕਦੇ ਹੋ ਪਰ ਉਹਦੇ ਬਾਅਦ ਤੁਹਾਨੂੰ MSc ਫਿਜ਼ਿਕਸ ਜਾਂ ਕੈਮਿਸਟਰੀ ਫਿਜ਼ੀਕਲ ਸਾਇੰਸ 'ਚ ਕਰਨੀ ਪਏਗੀ ਫਿਰ ਤੁਸੀਂ PGT ਲਈ ਐਲੀਜੀਬਲ ਹੋਵੋਗੇ ਓਕੇ ਜੇ ਤੁਸੀਂ ਕੰਪਿਊਟਰ ਸਾਇੰਸ ਰੱਖਦੇ ਹੋ BEd ਵਿੱਚ ਤਾਂ ਤੁਹਾਨੂੰ TGT ਲਈ ਤੁਸੀਂ ਐਲੀਜੀਬਲ ਇੱਦਾਂ ਹੀ ਹੋ ਜਾਓਗੇ ਪਰ ਇਹਦੀਆਂ ਪੋਸਟਾਂ ਘੱਟ ਹੁੰਦੀਆਂ ਨੇ ਸੋ ਤੁਸੀਂ ਜੇ ਇੰਗਲਿਸ਼ ਚੂਜ਼ ਕੀਤੀ ਹੈ ਇਹ ਬੈਟਰ ਇਸ ਲਈ ਹੈ ਕਿ ਅਡੀਸ਼ਨਲ BA ਦੇ BA ਅਡੀਸ਼ਨਲ ਆ ਤੁਸੀਂ ਲਿਖਿਆ ਹੈ ਇਹ ਦੇਣੇ ਪੈਣਗੇ ਅਤੇ 6 ਸਮੈਸਟਰ ਦੇ ਪੇਪਰ ਦਸੰਬਰ ਅਤੇ ਜਨਵਰੀ ਵਿੱਚ ਹੋ ਜਾਣਗੇ ਔਰ 1 ਸਾਲ ਵਿੱਚ ਇਹ ਹੋ ਜਾਣਗੇ ਤੁਸੀਂ BEd ਦੇ ਨਾਲ ਵੀ ਕਰ ਸਕਦੇ ਹੋ ਇਹ ਕਰਨ ਤੋਂ ਬਾਅਦ ਤੁਸੀਂ TGT ਇੰਗਲਿਸ਼ ਲਈ ਵੀ ਐਲੀਜੀਬਲ ਹੋ ਜਾਓਗੇ BEd ਕਰਦੇ ਕਰਦੇ ਸਾਰੇ ਸੋ ਇਹ ਤੁਹਾਡੇ ਲਈ ਬੈਸਟ ਬਣਦਾ ਹੈ ਮੈਥਸ ਅਤੇ ਇੰਗਲਿਸ਼ ਬੈਸਟ ਬਣਦਾ ਹੈ ਜੇ ਤੁਸੀਂ ਐਡੀਸ਼ਨਲ ਦੇ ਸਕਦੇ ਹੋ ਤਾਂ ਸਰ ਅਗਰ ਐਕਸ ਸਰਵਿਸ 'ਚ ਕੋਈ ਸਟੂਡੈਂਟ ਦਾ ਨਾਮ ਨਾ ਆਇਆ ਤਾਂ ਕੋਈ ਹੋਰ ਸਟੂਡੈਂਟ ਨੂੰ ਉਹਦੀ ਜਗ੍ਹਾ 'ਤੇ ਸੀਟ ਮਿਲੇਗੀ ਯੈਸ ਮਿਲ ਜਾਂਦੀ ਹੈ ਇਹਨੂੰ ਡੀਜ਼ ਰਿਜ਼ਰਵੇਸ਼ਨ ਪਾਲਿਸੀ ਕਹਿੰਦੇ ਹਨ ਇਹ ਮੈਂ ਤਾਂ ਦਿਲ ਆਇਆ ਨਹੀਂ ਕਿਸ ਦਾ ਦਿਲ ਲੱਗ ਗਿਆ ਸਰ MA BA ਵਿੱਚ ਫਿਲਾਸਫੀ ਮਿਊਜ਼ਿਕ ਵੋਕਲ ਅਤੇ ਪੰਜਾਬੀ ਇਲੈਕਟਿਵ ਪੜ੍ਹਿਆ ਹੈ ਮੇਜਰ ਸਬਜੈਕਟ ਦੱਸ ਦਿਓ ਪਲੀਜ਼ ਮੇਰੇ ਮੇਜਰ ਸਬਜੈਕਟ ਮੇਜਰ ਪੁੱਛੇ ਆ ਮਾਈਨਰ ਵੀ ਪੁੱਛਣੇ ਤੁਸੀਂ ਤੁਹਾਡਾ ਬੰਦਾ ਹੈ ਯੂਨੀਵਰਸਿਟੀ ਨਹੀਂ ਦੱਸੀ ਜੇਕਰ PUP 'ਚ ਹੋ PUP 'ਚ ਜਾਂ PUC 'ਚ ਹੋ ਚੰਡੀਗੜ੍ਹ 'ਚ ਹੋ ਫਿਲਾਸਫੀ ਦੇ ਬੇਸ 'ਤੇ ਤੁਹਾਨੂੰ SST ਮਿਲ ਜਾਏਗਾ ਪਰ ਤੁਹਾਨੂੰ ਹਿਸਟਰੀ ਦਾ ਮਿਨੀਮਮ ਅਡੀਸ਼ਨਲ ਪੇਪਰ ਦੇਣਾ ਪਏਗਾ BA ਦਾ ਫਿਰ ਤੁਸੀਂ SST ਇਹ ਤੁਹਾਡਾ ਮੇਜਰ ਬਣੇਗਾ ਅਦਰਵਾਈਜ਼ ਇਹ ਨਹੀਂ ਕਰਨਾ ਚਾਹੁੰਦੇ ਤਾਂ ਮੇਜਰ ਤੁਹਾਡਾ ਮਿਊਜ਼ਿਕ ਬਣ ਜਾਏਗਾ ਫਿਰ ਉਹਦੇ ਨਾਲ TGT ਲਈ ਤੁਸੀਂ ਇਸੇ ਤਰ੍ਹਾਂ ਐਲੀਜੀਬਲ ਹੋ ਇਹਦਾ ਤੁਸੀਂ ਐਡੀਸ਼ਨਲ ਪੇਪਰ ਦੇਣ ਤੋਂ ਬਾਅਦ ਐਲੀਜੀਬਲ ਬਣ ਜਾਓਗੇ ਪੰਜਾਬੀ ਤੁਹਾਡਾ ਬੈਸਟ ਹੈ ਕਿਉਂਕਿ ਕੁਛ ਵੀ ਦੇਣਾ ਨਹੀਂ ਪੈਣਾ ਇਲੈਕਟਿਵ ਪੜ੍ਹੀ ਹੈ TGT ਲਈ ਇਸੇ ਤਰ੍ਹਾਂ ਤੁਸੀਂ ਐਲੀਜੀਬਲ ਹੋ ਸੋ ਤੁਹਾਨੂੰ ਪ੍ਰੈਫਰ ਕਰਨਾ ਚਾਹੀਦਾ ਹੈ ਜਾਂ ਤਾਂ SST ਪੰਜਾਬੀ ਜਾਂ ਮਿਊਜ਼ਿਕ ਅਤੇ ਪੰਜਾਬੀ ਇਹ ਤੁਹਾਡੇ ਮੇਜਰ ਸਬਜੈਕਟ ਹੈ ਇਹਨਾਂ 'ਚੋਂ ਤੁਸੀਂ ਖੁਦ ਚੂਜ਼ ਕਰਨਾ ਹੈ ਇਹ ਤੁਹਾਨੂੰ ਮਿਲੇਗਾ ਇਸ ਨੂੰ ਨਹੀਂ ਛੱਡਣਾ MA ਪੰਜਾਬੀ ਕਰਨ ਤੋਂ ਬਾਅਦ ਤੁਸੀਂ TGT ਲਈ ਐਲੀਜੀਬਲ ਪੰਜਾਬੀ ਲਈ ਵੀ ਹੋ ਜਾਓਗੇ ਸਰ ਫਿਜ਼ੀਕਲ ਦਾ ਕੋਈ ਸਕੋਪ ਹੈਗਾ ਜਾਂ ਨਹੀਂ SST ਫਿਜ਼ੀਕਲ ਐਜੂਕੇਸ਼ਨ ਹੈ ਪਿਛਲੀ ਵਾਰ ਪੋਸਟਾਂ ਨਿਕਲੀਆਂ ਹੈ ਫਿਜ਼ੀਕਲ ਐਜੂਕੇਸ਼ਨ DPA ਹੋਣੀ ਭਰਤੀ ਵੀ ਹੋਈ ਹੈ ਇੱਦਾਂ ਨਹੀਂ ਹੈ ਕਿ ਸਕੋਪ ਨਹੀਂ ਹੈ ਹੈ ਸੋ ਇਹ ਲੈ ਲੈਣਾ ਚਾਹੀਦਾ ਹੈ ਕਿਉਂਕਿ ਸਿੱਧੇ ਤੁਸੀਂ TGT ਲਈ ਐਲੀਜੀਬਲ ਬਣ ਜਾਂਦੇ ਹੋ ਪਰ ਯਾਦ ਰੱਖਣਾ ਫਿਜ਼ੀਕਲ ਐਜੂਕੇਸ਼ਨ ਲਈ 1 ਈਅਰ ਦਾ ਡਿਪਲੋਮਾ ਕੁਝ ਕਰਨਾ ਪੈਂਦਾ ਹੈ ਉਹ ਤੁਹਾਨੂੰ ਮੈਂ ਪਾ ਦਿੰਦਾ TGT ਦੀਆਂ ਜਿਹੜੀਆਂ ਪਿਛਲੀਆਂ ਐਲੀਜੀਬਿਲਟੀ ਸੀ ਉਹਦੇ ਬੇਸ 'ਤੇ ਤੁਹਾਨੂੰ ਉਹ ਕੰਪਲੀਟ ਕਰ ਲੈਣਾ ਚਾਹੀਦਾ ਹੈ ਇਗਨੋ ਤੋਂ ਵੀ ਮੇਰੇ ਖਿਆਲ ਕਰ ਸਕਦੇ ਹੋ ਨਾਲ ਨਾਲ ਵੀ ਕਰ ਸਕਦੇ ਹੋ ਕਰ ਲੈਣਾ ਚਾਹੀਦਾ ਹੈ ਸਰ ਮੈਂ 3 ਸਾਲ ਮੈਥ ਅਤੇ ਸਾਇੰਸ ਪੜ੍ਹੀ ਹੋਈ ਹੈ ਮੈਥ ਸਬਜੈਕਟ ਰੱਖਣ ਸੀ ਪਰ ਕਾਲਜ ਵਿੱਚ ਮੈਥ ਮੇਜਰ ਅਵੇਲੇਬਲ ਨਹੀਂ ਹੈ ਮਾਈਨਰ ਵਿੱਚ ਲੈ ਲਓ ਜੇ ਮਿਲਦਾ ਹੈ ਤਾਂ
ਜੇਕਰ ਮੈਂ ਮਾਈਨਰ 'ਚ ਰੱਖ ਲਾਂ ਮੈਥ ਵਿੱਚ ਤਾਂ ਕੋਈ ਕੋਈ ਪ੍ਰੋਬਲਮ ਨਹੀਂ ਆ, ਉਟਸ ਓਕੇ। ਅਡੀਸ਼ਨਲ ਪੇਪਰ ਤਾਂ ਨਹੀਂ ਦੇਣੇ ਪੈਣਗੇ, ਕੁਛ ਨਹੀਂ ਆ। ਮੈਥ ਮੇਜਰ ਹੋਵੇ ਮਾਈਨਰ ਹੋਵੇ ਤੁਹਾਡਾ ਉਹੀ ਆ, ਕਿਉਂਕਿ 3 ਸਾਲ ਤੁਸੀਂ ਪੜ੍ਹਿਆ ਹੋਇਆ। ਡੋਂਟ ਵਰੀ, ਪਲੀਜ਼ ਕਨਫਿਊਜ਼ ਦੇ ਹੋਣ ਦੀ ਰੱਤੀ ਵੀ ਜ਼ਰੂਰਤ ਨਹੀਂ ਹੈ। ਸਰ ਸ਼ਿਫਟਿੰਗ ਦਾ ਪ੍ਰੋਸੀਜਰ ਕੀ ਹੈ? ਸ਼ਿਫਟਿੰਗ ਦਾ ਪ੍ਰੋਸੀਜਰ 3-4 ਵੀਡੀਓ ਕੱਢ ਦਿੱਤੀਆਂ ਹੈ ਸ਼ਿਫਟਿੰਗ ਦੇ ਪ੍ਰੋਸੀਜਰ ਵਿੱਚ। ਤੁਸੀਂ ਜਸਟ ਅਪਲਾਈ ਕਰਨਾ ਹੈ, 1,000 ਰੁਪਇਆ ਅੱਜ ਅਤੇ ਕੱਲ੍ਹ ਵਿੱਚ ਹੈ ਪੇ ਕਰਨਾ ਹੈ। ਔਰ ਜੇ ਫਸਟ ਤੁਹਾਡਾ ਪ੍ਰੈਫਰੈਂਸ ਪਿਛਲੀ ਵਾਰੀ ਮਿਲੀ ਸੀ, ਉਸ ਤੋਂ ਬਾਅਦ ਤੁਸੀਂ ਚੋਇਸ ਫਿਲਿੰਗ ਕਰਦੇ ਹੋ। ਚੋਇਸ ਫਿਲਿੰਗ ਕਰਨ ਤੋਂ ਬਾਅਦ ਜੇ ਸ਼ਿਫਟਿੰਗ ਦੀ ਜਿੱਥੇ ਲੈਣਾ ਚਾਹੁੰਦੇ ਹੋ ਉੱਥੇ ਸੀਟ ਮਿਲ ਜਾਂਦੀ ਹੈ, ਹੈ ਨਾ। ਉਹਦੇ ਲਈ ਤੁਸੀਂ ਵੇਕੈਂਟ ਸੀਟ ਪਹਿਲਾਂ ਦੇਖ ਸਕਦੇ ਹੋ। ਜੇ ਉਹ ਮਿਲ ਜਾਂਦੀ ਹੈ ਫਿਰ ਤੁਸੀਂ ਡਾਕੂਮੈਂਟ ਆਪਣੇ ਪੁਰਾਣੇ ਕਾਲਜ ਤੋਂ ਲੈ ਕੇ ਉਸ ਕਾਲਜ ਵਿੱਚ ਚਲੇ ਜਾਣਾ ਹੈ। ਉੱਥੋਂ ਐਪਲੀਕੇਸ਼ਨ ਦੇ ਦੇਣੀ ਹੈ ਕਿ ਮੇਰੀ ਸ਼ਿਫਟਿੰਗ ਹੋ ਗਈ ਹੈ, ਨਾਲ ਉਹ ਸਲਿੱਪ ਲਗਾ ਦੇਣੀ ਹੈ। ਸਲਿੱਪ ਲਗਾਉਣ ਤੋਂ ਬਾਅਦ ਉਹਨਾਂ ਨੇ 1 ਹਫ਼ਤੇ ਵਿੱਚ ਜਾਂ ਕਈ ਕਾਲਜ ਜਿਹੜੇ ਅੱਛੇ ਨੇ ਉਸੇ ਵਕਤ ਦੇ ਦਿੰਦੇ ਆ, ਨਹੀਂ ਤਾਂ ਇਹ ਚੈੱਕ ਤੁਹਾਨੂੰ 1 ਹਫ਼ਤੇ ਦੇ ਵਿੱਚ ਵਾਪਸ ਮਿਲ ਜਾਂਦਾ ਹੈ ਜੇ ਫੀਸ ਜਮ੍ਹਾਂ ਕਰਵਾਈ ਹੈ, ਔਰ ਡਾਕੂਮੈਂਟ ਵੀ ਵਾਪਸ ਮਿਲ ਜਾਂਦੇ ਹਨ। ਸੋ ਐਪਲੀਕੇਸ਼ਨ ਦੇਣੀ ਪੈਂਦੀ ਹੈ, 1 ਦਾ ਚੱਕਰ ਮਾਰਨਾ ਹੀ ਪੈਂਦਾ ਹੈ। ਸਰ ਅਗਰ ਫਸਟ ਕਾਉਂਸਲਿੰਗ ਵਿੱਚ ਸੈਕਿੰਡ ਪ੍ਰੈਫਰੈਂਸ ਅਲਾਟ ਹੋਣ 'ਤੇ ਰਿਪੋਰਟ ਵੀ ਕਰਨ ਲਈ ਹੈ ਤਾਂ ਫੀਸ ਵੀ ਫਿਲ ਕੀਤੀ ਹੈ ਤਾਂ ਹੁਣ ਸੈਕਿੰਡ ਕਾਉਂਸਲਿੰਗ 'ਚ ਸ਼ਿਫਟ ਕਰ ਸਕਦੇ ਹਾਂ? ਯੈਸ ਕਰ ਸਕਦੇ ਹੋ, ਬਿਲਕੁਲ ਕਰ ਸਕਦੇ ਹੋ। ਸਰ ਮੈਨੂੰ ਫਸਟ ਕਾਉਂਸਲਿੰਗ 'ਚ ਕੋਈ ਕਾਲਜ ਅਲਾਟ ਨਹੀਂ ਹੋਇਆ ਸੀ, ਮੈਨੂੰ ਦੁਬਾਰਾ ਚੋਇਸ ਫਿਲਿੰਗ ਕਰਨੀ ਪਏਗੀ? ਯੈਸ, ਜੇ ਤੁਸੀਂ ਦੁਬਾਰਾ ਚੋਇਸ ਫਿਲਿੰਗ ਨਹੀਂ ਕਰੋਗੇ ਤਾਂ ਪਹਿਲੇ ਜਿਹੜੀ 1 ਅੱਧੀ ਭਰੀ ਹੋਏਗੀ ਉਹ ਕਰਨੀ ਹੀ ਪਏਗੀ, ਕਿਉਂਕਿ ਹੁਣ ਘੱਟੋ ਘੱਟ 3 ਕਾਲਜ ਤੁਸੀਂ ਫਿਲ ਕਰ ਰਹੇ ਹਾਂ, ਮਿਨੀਮਮ 3 ਕਾਲਜ, ਅਦਰਵਾਈਜ਼ ਉਹ ਚੱਕੇਗਾ ਨਹੀਂ। ਸੋ ਤੁਸੀਂ ਭਰਨੀ ਹੈ, ਔਰ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਮੇਜਰ ਮਾਈਨਰ ਜਾਂ ਸਬਜੈਕਟ ਜਾਂ ਕਾਲਜ ਜੋ ਵੀ ਚੇਂਜ ਕਰਨਾ ਚਾਹੁੰਦੇ ਹੋ, ਬੈਟਰ ਜੋ ਲੱਗਦੇ ਹਾਂ। ਸਰ ਸ਼ਿਫਟਿੰਗ ਫੀਸ ਪੇ ਕਰ ਦਿੱਤੀ ਹੈ, ਅੱਗੇ ਦਾ ਪ੍ਰੋਸੀਜਰ ਕੀ ਹੈ? ਫਿਰ 1 ਸਪਤੰਬਰ ਤੋਂ ਲੈ ਕੇ 3 ਸਪਤੰਬਰ ਤੱਕ ਤੁਸੀਂ ਚੋਇਸ ਫਿਲਿੰਗ ਕਰਨੀ ਹੈ, ਠੀਕ। ਸਰ ਕਾਲਜ ਨੇ ਮੇਰੀ ਸੀਟ ਕੈਂਸਲ ਕਰਤੀ ਹੈ ਬਟ ਅਲੋਟਮੈਂਟ ਲੈਟਰ ਮੈਨੂੰ ਅਜੇ ਵੀ ਉਹੀ ਸ਼ੋਅ ਹੋ ਰਿਹਾ ਹੈ ਕਿ ਮੈਂ ਸੈਕਿੰਡ ਕਾਉਂਸਲਿੰਗ 'ਚ ਪਾਰਟੀਸਪੇਟ ਕਰ ਸਕਦੀ ਹਾਂ। ਹਾਂਜੀ ਕਰ ਸਕਦੇ ਹੋ, ਜੇ ਤੁਹਾਡੀ ਉੱਥੇ ਉਹਨਾਂ ਨੇ ਐਡਮਿਟ ਕੈਂਡੀਡੇਟ ਲਿਖ ਕੇ ਭੇਜ ਦਿੱਤਾ ਹੈ ਫਿਰ ਤੁਸੀਂ, ਜੇ ਫਸਟ ਪ੍ਰੈਫਰੈਂਸ ਸੀ ਫਿਰ 1,000 ਰੁਪਇਆ ਲੱਗੇਗਾ, ਅਦਰਵਾਈਜ਼ ਨਹੀਂ, ਤੁਸੀਂ ਪਾਰਟੀਸਪੇਟ ਕਰ ਸਕਦੇ ਹੋ, ਇਹ ਪੱਕੀ ਗੱਲ ਹੈ। ਸਰ ਜਿਨ੍ਹਾਂ ਦੇ ਫਸਟ ਕਾਉਂਸਲਿੰਗ ਵਿੱਚ ਕੋਈ ਕਾਲਜ ਅਲੋਟ ਨਹੀਂ ਹੋਇਆ ਤਾਂ ਉਹਨਾਂ ਨੂੰ ਦੁਬਾਰਾ ਚੋਇਸ ਫਿਲਿੰਗ ਭਰਨੀ ਹੈ ਜਾਂ ਉਹੀ ਰਹੂਗੀ? ਨਹੀਂ, ਤੁਸੀਂ ਭਰੋ, ਚੇਂਜ ਕਰੋ ਜਾਂ ਐਡ ਕਰੋ, ਘੱਟੋ ਘੱਟ 1 ਤੋਂ ਲੈ ਕੇ ਕਾਲਜ ਦਾ ਹੈ ਨਾ, ਕਾਲਜ ਤੁਸੀਂ 1 ਤੋਂ ਲੈ ਕੇ 3 ਤੱਕ ਤਾਂ ਉਹਨਾਂ ਨੇ ਕਿਹਾ ਹੈ, ਤੁਸੀਂ ਵਾਧੂ ਵੀ ਭਰ ਸਕਦੇ ਹੋ। ਸੋ ਭਰ ਦੇਣੇ ਚਾਹੀਦੇ ਹਨ, ਜੇ ਰੈਂਕ ਥੱਲੇ ਹੈ ਤਾਂ ਜ਼ਿਆਦਾ ਕਾਲਜ ਭਰੋ, ਔਰ ਸੋਚ ਵਿਚਾਰ ਕੇ ਜੇ ਉਹ ਵੀ ਰੱਖਣੇ ਹਾਂ ਤਾਂ 1 ਵਾਰੀ ਦੇਖ ਕੇ ਚੋਇਸ ਫਿਲਿੰਗ ਜ਼ਰੂਰ ਕਰੋ। ਜੇ 2 ਕਾਲਜ ਭਰੇ ਹੈ ਤਾਂ ਫਿਰ ਤੁਹਾਡੀ ਕਾਉਂਸਲਿੰਗ 'ਚ ਵਾਰੀ ਨਹੀਂ ਆਉਣੀ, ਤਿੰਨ ਤਿੰਨ ਭਰਨੇ ਹੀ ਪੈਣੇ ਆ। ਸਰ ਬੀਐਡ ਵਿੱਚ ਮੈਥ ਪੰਜਾਬੀ ਲਈ ਕੀ TGT ਐਲੀਜੀਬਲ ਹਾਂ? ਮੈਨੂੰ PSTET ਵਿੱਚ ਮੈਥ ਸਾਇੰਸ, ਮੈਥ ਪੰਜਾਬੀ, ਮੈਥ ਸਾਇੰਸ ਫਿਲ ਕਰਨਾ ਪਊਗਾ ਜਾਂ SST ਫਿਲ ਕਰਨਾ ਪਊਗਾ? ਮੈਥ ਸਾਇੰਸ ਫਿਲ ਕਰਨਾ ਪਊ। ਦੇਖੋ 60 ਕੁਐਸਚਨ ਦੇ ਜਵਾਬ ਹੈ, ਨੈਚੁਰਲੀ ਜੇ ਤੁਸੀਂ 60 ਦੇ ਵਿੱਚੋਂ 15 ਕੁਐਸਚਨ ਪੈਡਾਗੋਜੀ ਦੇ ਹੈ, ਉਹ ਈਜ਼ੀ, ਉਹ ਮੈਂ ਵੀ ਮੈਥ ਦਾ ਬੇਸ਼ੱਕ ਨਹੀਂ ਹਾਂ, ਮੈਂ ਮੈਥ ਦੇ ਹੀ ਸਮਝਾ ਦਾਂਗਾ, 15 ਬੈਸਟ ਕੁਐਸਚਨ ਹੋ ਸਕਦੇ ਆ, ਨੋ ਪ੍ਰੋਬਲਮ ਸਾਇੰਸ ਦੇ, ਕਿਉਂਕਿ ਪੈਡਾਗੋਜੀ ਦੀ ਮਾਸਟਰੀ ਹੈ ਸਾਡੀ। ਪੈਡਾਗੋਜੀ ਦੇ ਕੁਐਸਚਨ ਨੂੰ ਸੋਲਵ ਕਰਨ ਦਾ ਨਾ ਤਰੀਕਾ ਜਿਹੜਾ ਹੈ ਉਹ ਵੱਖਰਾ ਹੈ, ਉਹ ਕੋਈ ਵੀ ਸਬਜੈਕਟ ਹੋਵੇ ਥੋੜ੍ਹਾ ਬਹੁਤਾ ਫਰਕ ਪੈਂਦਾ ਹੈ। ਬਾਕੀ ਦੇ 45 ਬਚਦੇ ਨੇ, 45 ਦੇ ਵਿੱਚੋਂ ਮੰਨ ਲਓ ਤੁਸੀਂ 23 ਜਿਹੜੇ ਕੁਐਸਚਨ ਨੇ ਉਹ ਮੈਥ ਦੇ ਆ ਗਏ, ਹੈ ਨਾ, ਬਾਕੀ 22 ਬਚੇ ਸਾਇੰਸ ਦੇ। ਸੋ ਇਹਨਾਂ ਲਈ ਸੰਘਰਸ਼ ਹੈ ਤੁਹਾਡਾ। ਦੂਸਰੀ ਤਰਫ SST ਜੇ ਫਿਲ ਕਰਦੇ ਹੋ ਕਿ ਤੁਹਾਨੂੰ 4 ਸਬਜੈਕਟ ਦੀ ਨੌਲੇਜ ਹੈ, ਇਹ ਤੁਸੀਂ ਖੁਦ ਤੋਂ ਪੁੱਛਣਾ ਹੈ। ਜੇ ਹੈ ਅੱਛੀ ਇਹਦੇ ਨਾਲੋਂ ਬੈਟਰ ਇਹਦੀ ਨੌਲੇਜ ਹੈ ਮੈਥ ਅਤੇ ਸਾਇੰਸ ਨਾਲੋਂ, ਫਿਰ ਇਹ ਭਰੋ। ਜੇ ਨਹੀਂ ਹੈ ਤਾਂ ਇਹ ਭਰੋ, ਪ੍ਰੈਫਰ ਕਰੋ ਮੈਥ ਹੀ, ਕਿਉਂਕਿ ਗ੍ਰੈਜੂਏਸ਼ਨ 'ਚ ਤੁਸੀਂ ਪੜ੍ਹਿਆ ਹੋਇਆ ਹੈ। ਹਾਂ, ਚੋਇਸ ਲਈ ਲਿੰਕ ਕਿੱਥੇ ਆ ਇਹ ਦੱਸ ਦਿਓ ਜੀ। ਚੋਇਸ ਲਈ ਲਿੰਕ ਤੁਸੀਂ ਮੇਨ ਪੋਰਟਲ ਜਿਹੜਾ ਖੋਲ੍ਹਦੇ ਹੋ, ਆਹ ਦੇਖੋ, ਆਹ ਲਓ, ਇਹ ਰੱਖਿਆ ਮੈਂ ਪੰਜਾਬ, ਔਰ ਇਹ ਖੁੱਲ੍ਹ ਗਿਆ, ਹੈ ਨਾ, ਔਰ ਇੱਥੇ ਤੁਸੀਂ ਲੌਗਇਨ ਕੀਤਾ ਆਪਣਾ। ਲੌਗਇਨ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਪੇਜ ਖੁੱਲ੍ਹ ਜਾਂਦਾ ਹੈ ਉਹਦੇ ਵਿੱਚ ਤੁਸੀਂ ਜਾ ਕੇ ਚੋਇਸ ਦੀ ਆ ਜਾਏਗੀ, ਬਿਲਕੁਲ ਆ ਜਾਏਗੀ। ਇਹਦੇ ਉੱਤੇ ਸਿੱਧਾ ਨਹੀਂ ਕੁਛ ਲਿਖਿਆ ਹੋਇਆ, ਕੈਂਡੀਡੇਟ ਲੌਗਇਨ ਕਰਨਾ ਹੀ ਪੈਣਾ ਹੈ। ਵਾਪਸ ਚਲਦੇ ਹਾਂ, ਕਿੱਥੇ ਜਾਣਾ, ਵਾਪਸ ਇੱਥੇ ਜਾਣਾ ਵਾਪਸ। ਸਰ ਰਿਪੋਰਟ ਕਿੱਦਾਂ ਕਰਨੀ ਹੈ, ਪੇ ਕਿਵੇਂ ਕਰਨਾ ਹੈ, ਰਿਪੋਰਟ ਕਿਹਨੂੰ, ਤੁਸੀਂ ਕਲੀਅਰ ਕੁਐਸਚਨ ਪੁੱਛੋ। ਰਿਪੋਰਟ ਕਿੱਦਾਂ ਕਰਨੀ, ਅਤੇ ਰਿਪੋਰਟ ਕਰਨ ਦਾ ਮਤਲਬ ਹੈ ਕਾਲਜ ਵਿੱਚ ਡਾਕੂਮੈਂਟ ਲੈ ਕੇ ਜਾਣਾ ਹੈ,
ਸੋ ਉਹ ਤਾਂ ਹੁਣ ਪਿਛਲਾ ਤਾਂ ਨਿਕਲ ਗਿਆ ਹੈ, ਅਗਲੀ ਵਾਰੀ ਕਰਨੀ ਹੈ ਰਿਪੋਰਟ। ਫੀਸ ਜਮ੍ਹਾਂ ਕਰਾਉਣੀ ਹੈ, ਪ੍ਰੋਸਪੈਕਟਸ ਹੈ, ਫਾਈਨੈਂਸ਼ੀਅਲ ਐਨਾਲਿਸਿਸ ਤੁਸੀਂ ਕਰਨਾ ਹੈ, ਇਨਫੋਰਮੇਸ਼ਨ ਲੈਣੀ ਹੈ। ਉਸ ਕਰਨ ਤੋਂ ਬਾਅਦ ਤੁਸੀਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਲਾਸਟ 'ਤੇ ਫੀਸ ਜਿਹੜੀ ਜਮ੍ਹਾਂ ਹੋ ਜਾਂਦੀ ਹੈ ਉਸਨੂੰ ਕਹਿੰਦੇ ਹਨ ਰਿਪੋਰਟ ਕਰਨਾ। ਸਰ ਮੇਰੇ ਜ਼ੀਰੋ ਲਿਖ ਕੇ ਆ ਰਿਹਾ ਹੈ, ਮੈਂ ਅਗੇਨ ਕੁਛ ਕਰਨ ਜੀ? ਕਦੇ 'ਚ ਜ਼ੀਰੋ ਲਿਖ ਕੇ ਆ ਰਿਹਾ ਹੈ? ਜੇ ਤਾਂ ਰਿਜ਼ਲਟ ਵਿੱਚ ਹੈ, ਤੁਹਾਡੇ ਮਾਰਕਸ ਹੈਗੇ ਆ, ਤੁਸੀਂ ਈਮੇਲ ਕਰੋ ਉਹਨਾਂ ਨੂੰ, ਈਮੇਲ ਦਿੱਤਾ ਹੋਇਆ ਹੈ। ਨੈਕਸਟ ਵੀਡੀਓ ਵਿੱਚ ਏਸੀ ਵੀਡੀਓ ਦੇ ਥੱਲੇ ਵੀ ਦੇ ਦੇਵਾਂਗਾ ਈਮੇਲ। ਸਰ ਮੇਰੇ ਬੀਏ ਵਿੱਚ 6th SEM ਵਿੱਚ ਮੈਥ ਵਿੱਚ ਇੱਕ ਪੇਪਰ ਦੇ ਰਿਜ਼ਲਟ ਵਿੱਚ ਅਵੇਟਡ ਲਿਖਿਆ ਆ ਰਿਹਾ ਹੈ, ਅਤੇ ਮੈਂ ਟੋਟਲ ਕਿੰਨੇ ਨੰਬਰ ਫਿਲ ਕਰਾਂ? ਤੁਸੀਂ ਜਿੰਨੇ ਬਣਦੇ ਉਹ ਤੋਂ ਥੋੜ੍ਹੇ ਜਿਹੇ ਘੱਟ ਫਿਲ ਕਰੋ, ਤਾਂ ਫਿਲ ਕਰਾਂ। ਸਰ ਮੇਰੇ 81% ਬਣ ਰਹੇ ਨੇ, ਬਟ ਜਿਹਦੇ ਪੇਪਰ ਦਾ, ਕਿਉਂਕਿ ਇਹਦੀ ਵੇਟੇਜ ਤਾਂ ਕੋਈ ਹੈ ਨਹੀਂ ਹੈ, 80 ਭਰ ਦਿਓ, 80 ਭਰ ਦਿਓ, ਘੱਟ ਭਰ ਦਿਓ ਥੋੜ੍ਹੇ, 79 ਭਰ ਦਿਓ। ਅਤੇ ਲਿਖਾ ਤਾਂ ਹੁਣ ਕਰਾਂ, ਯੂਨੀਵਰਸਿਟੀ ਵਾਲੇ ਕਹਿੰਦੇ 15 ਦਿਨ ਤੱਕ ਸੈੱਟ ਹੋਊਗਾ। ਕੋਈ ਗੱਲ ਨਹੀਂ, ਤੁਸੀਂ ਇਹ ਭਰ ਕੇ ਉਹਦੇ ਵਿੱਚ ਪ੍ਰੋਸੀਡ ਕਰ ਸਕਦੇ ਹੋ, ਅਦਰਵਾਈਜ਼ 3rd ਕਾਉਂਸਲਿੰਗ 'ਚ ਸੀਟ ਮਿਲ ਜਾਏਗੀ, ਡੋਂਟ ਵਰੀ। ਸਰ ਜੀ ਅਸੀਂ 2nd ਕਾਉਂਸਲਿੰਗ ਮੇ ਅਪਲਾਈ ਕੀਆ, ਬਟ ਸਾਨੂੰ 2nd ਕਾਉਂਸਲਿੰਗ 'ਚ ਕਾਲਜ ਵਧੀਆ ਨਾਮ ਮਿਲਿਆ, ਤਾਂ ਅਸੀਂ 1st ਕਾਉਂਸਲਿੰਗ ਵਾਲਾ ਕਾਲਜ ਲੈ ਸਕੇ ਜਿੱਥੇ ਅਸੀਂ ਪਹਿਲਾਂ ਰਿਪੋਰਟ ਕੀਤੀ ਕਰਕੇ ਆਏ ਸੀ। ਦੇਖੋ, ਗੁੱਡ ਕੁਐਸਚਨ ਹੈ, ਇਹ 1st ਹੋ ਗਿਆ ਤੁਹਾਡਾ ਨੰਬਰ 1, ਇਹ 1st ਹੋ ਗਿਆ ਨਾ, 1st ਕਾਲਜ ਜਿਹੜਾ ਮਿਲਿਆ ਸੀ ਰਿਪੋਰਟ ਨੇ ਕੀਤੀ। ਤੁਸੀਂ ਹੁਣ 2nd ਕਾਉਂਸਲਿੰਗ ਵਿੱਚ ਤੁਹਾਨੂੰ ਕਾਲਜ ਨੰਬਰ 2 ਇਹ ਬੀ ਮਿਲ ਗਿਆ, ਇਹ ਏ ਕਾਲਜ ਹੈ, ਬੀ ਕਾਲਜ ਹੈ। ਹੁਣ ਤੁਹਾਡੀ ਜਿਹੜੀ ਇਹ ਕਾਉਂਸਲਿੰਗ 1st ਸੀ, ਕਾਉਂਸਲਿੰਗ 2nd ਹੈ, ਇਹ ਕਾਉਂਸਲਿੰਗ 3rd ਹੈ, ਅਤੇ ਜੇ ਇਹਦੇ ਵਿੱਚ ਮੰਨ ਲਓ ਇੰਨੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ, ਤੁਹਾਨੂੰ ਇਹ ਕਾਲਜ ਮਿਲਿਆ ਹੈ, ਤੁਸੀਂ ਇਸ ਕਾਲਜ ਵਿੱਚ ਡਾਇਰੈਕਟ 3rd ਕਾਉਂਸਲਿੰਗ 'ਚ, 3rd ਕਾਉਂਸਲਿੰਗ 'ਚ ਡਾਇਰੈਕਟ ਇਸ ਕਾਲਜ ਵਿੱਚ ਜਾ ਕੇ ਉੱਥੇ ਐਡਮਿਸ਼ਨ ਲੈ ਸਕਦੇ ਹੋ, ਪ੍ਰੋਵਾਈਡਡ ਇੱਥੇ ਸੀਟਾਂ ਖਾਲੀ ਹੋਣਗੀਆਂ। ਜੇ ਤਾਂ ਗਵਰਨਮੈਂਟ ਕਾਲਜ ਸੀਟਾਂ ਸਭ ਜਗ੍ਹਾ 10-20% ਖਾਲੀ ਰਹਿਣੀਆਂ ਨੇ, ਕੋਈ ਅੱਛਾ ਕਾਲਜ ਹੈ ਜਿਵੇਂ ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਹੈ, 50 ਸੀਟਸ ਨੇ, ਉਹ ਭਰ ਜਾਂਦੀਆਂ ਨੇ। ਇਸ ਤਰ੍ਹਾਂ ਦੇ 5-7-8-10% ਕਾਲਜ ਹੋਣਗੇ ਜਿਨ੍ਹਾਂ 'ਚ ਫੁੱਲ ਹੋ ਜਾਣਗੀਆਂ, ਅਦਰਵਾਈਜ਼ ਸੀਟਾਂ ਖਾਲੀ ਹੋਣਗੀਆਂ। ਹੁਣ ਤੁਸੀਂ ਕਾਲਜ ਨਹੀਂ ਦੱਸਿਆ, ਇਸ ਲਈ ਮੈਂ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਦੇ ਸਕਦਾ। ਜੇ ਗਵਰਨਮੈਂਟ ਕਾਲਜ ਹੈ ਉਹਦੇ ਵੀ ਸੀਟਾਂ ਖਾਲੀ ਰਹਿ ਜਾਂਦੀਆਂ ਨੇ। ਈਵਨ ਸਰ ਟੈਸਟ ਫਿਕ ਕਰਨ ਕੈਸੇ ਹੋਰ ਦੀ ਮੇਲ ਫਿਲ ਕੀਤੀ? ਹਾਂ ਸਰ, ਟੈਸਟ ਫਿਲ ਕਰਨ ਲਈ ਮੈਂ ਕਿਸੇ ਹੋਰ ਦੀ ਮੇਲ ਕੀਤੀ, ਉਹ ਟੈਕਨੀਕਲ ਇਸ਼ੂ, ਹੁਣ ਕੋਈ ਇਨਫੋਰਮੇਸ਼ਨ ਨਹੀਂ ਮਿਲੀ, ਬਸ ਤਦੇ ਵੀਡੀਓ ਤੋਂ ਹੀ ਇਨਫੋਰਮੇਸ਼ਨ ਮਿਲ ਰਹੀ ਹੈ। ਪਲੀਜ਼ ਦੱਸੋ ਕਿ ਈਮੇਲ ਦੀ ਕਿੱਦਾਂ ਚੇਂਜ ਹੋਣੀ ਹੈ। ਹਾਂ, ਮੈਨੂੰ ਗੱਲ ਨਹੀਂ ਤੁਹਾਡੀ ਸਮਝ ਆਈ, ਮੈਨੂੰ ਗੱਲ ਨਹੀਂ ਸਮਝ ਆਈ, ਇੱਥੇ ਦੇਖ ਲਾਂ ਇਹਨਾਂ ਨੇ ਕੀ ਲਿਖਿਆ ਹੈ। ਰਿਕਵਰ ਪਾਸਵਰਡ 'ਤੇ ਜਾ ਕੇ ਆਪਣੀ ਈਮੇਲ ਦੀ ਹਾਈ, ਥੈਂਕ ਯੂ ਰਮਨ ਕੁਮਾਰੀ, ਸ਼ਾਬਾਸ਼, ਐਸੇ ਹੈਲਪ ਕਰਤੇ ਹੈ, ਇਟ ਇਜ਼ ਵੈਰੀ ਗੁੱਡ, ਸ਼ਾਬਾਸ਼, ਫਿਲ ਕਰ ਦਿਓ ਪਾਸਵਰਡ। ਦੇਖੋ ਇਹ ਵੈਲਿਊਜ਼ ਹੁੰਦੀਆਂ, ਇਹ ਫੈਮਿਲੀ ਤੋਂ, ਟੀਚਰ ਤੋਂ, ਸਕੂਲ ਤੋਂ ਕਿਤੇ ਮਿਲੀਆਂ ਹੈ, ਅੱਛੇ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ, ਇਸ ਤਰ੍ਹਾਂ ਹੈਲਪ ਕਰੀਦੀ ਹੈ। ਇਹਨਾਂ ਨੇ ਗਾਈਡ ਕੀਤਾ ਹੈ, ਤੁਸੀਂ ਇਸ ਤਰ੍ਹਾਂ ਕਰ ਲਓ ਬਈ, ਅਦਰਵਾਈਜ਼ ਮੇਲ ਕਰ ਸਕਦੇ ਹੋ ਯੂਨੀਵਰਸਿਟੀ, ਪਰ ਇਸੇ ਤਰ੍ਹਾਂ ਰਿਕਵਰ ਕਰ ਲਓ, ਬੈਟਰ ਹੈ। ਮੈਨੂੰ ਪ੍ਰੋਬਲਮ ਨਹੀਂ ਸੀ ਸਮਝ ਆਈ, ਇਹਨਾਂ ਨੂੰ ਪ੍ਰੋਬਲਮ ਸਮਝ ਆ ਗਈ, ਇਹਨਾਂ ਨੇ ਆਨਸਰ ਦੇ ਦਿੱਤਾ, ਦੇਖਿਆ ਮੇਰੇ ਨਾਲੋਂ ਅੱਗੇ ਹੋ ਤੁਸੀਂ। ਸਰ ਮੈਂ ਟਰਾਈ ਕਰਦੀ, ਹੋ ਰਹੀ ਹੈ ਕੁਝ ਹੋਰ, ਤੁਸੀਂ ਇੱਦਾਂ ਕਰੋ 9872978981 ਡਾਕਟਰ ਅਰਜਿੰਦਰ, ਇਹਨਾਂ ਨੂੰ ਫੋਨ ਕਰ ਲਓ, ਠੀਕ ਹੈ? ਜੇ ਨਹੀਂ ਸੋਲਵ ਹੋਈ ਪ੍ਰੋਬਲਮ, ਇਨਵੈਲਿਡ ਡਿਟੇਲ ਆਈ ਰਹੀ ਹੈ, ਹਾਂ ਇਹ ਇਸ 'ਤੇ ਤੁਸੀਂ ਫਿਲ ਕਰ ਲਓ ਜਿਹੜੀ ਹੈ। ਹੈਪੀ ਰੱਖੜੀ, ਹਾਂ ਤੁਹਾਨੂੰ ਵੀ ਮੁਬਾਰਕ, ਬੜਾ ਅੱਛਾ, ਬੜਾ ਪਿਆਰਾ ਰਿਸ਼ਤਾ ਹੁੰਦਾ ਹੈ। ਕਈ ਵਾਰੀ ਅਸੀਂ ਮੇਲ ਅਤੇ ਫੀਮੇਲ ਦੇ ਰਿਸ਼ਤੇ ਨੂੰ ਫਿਲਮਾਂ ਦੇ ਵਿੱਚ ਵੀ ਉਹਦੇ ਵਿੱਚ ਦਿਖਾਇਆ ਜਾਂਦਾ ਹੈ, ਪਰ ਕਹਿੰਦੇ ਨੇ ਬਾਬੇ ਨਾਨਕ ਦਾ ਵੀ ਸਭ ਤੋਂ ਜ਼ਿਆਦਾ ਪਿਆਰ ਜਿਹੜਾ ਸੀ, ਜਿਹਨੂੰ ਬਾਬੇ ਨਾਨਕ ਨੂੰ ਘਰ ਦੇ ਮੈਂਬਰਾਂ 'ਚੋਂ ਜੇ ਕੁਛ ਕੋਈ ਸਮਝ ਪਾਇਆ ਸੀ ਤਾਂ ਉਹ ਉਹਨਾਂ ਦੀ ਸਿਸਟਰ ਸੀ, ਭੈਣ ਸੀ, ਹੈ ਨਾ? ਇਸ ਤੋਂ ਬੜਾ ਪਿਆਰਾ ਰਿਸ਼ਤਾ ਹੈ, ਇਸ 'ਤੇ ਕਿਸੇ ਵੇਲੇ ਡਿਟੇਲ 'ਚ ਗੱਲ ਕਰਾਂਗੇ। ਥੈਂਕ ਯੂ, ਹੈ ਨਾ? ਥੈਂਕ ਯੂ ਸਰ। ਮਾਈ ਸਬਜੈਕਟ BSc ਆਰ ਮੈਥਮੈਟਿਕਸ ਫਿਜ਼ਿਕਸ ਕੰਪਿਊਟਰ, ਠੀਕ ਹੈ। ਹਾਂ, ਹੈਡ ਕਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਵਟ ਆਰ ਮਾਈ ਸਬਜੈਕਟ ਕੋਂਬੀਨੇਸ਼ਨ, BEd ਸ਼ੁੱਡ ਆਈ ਟੇਕ ਮੈਥਮੈਟਿਕਸ ਵਿਦ ਇੰਗਲਿਸ਼, ਸ਼ੁੱਡ ਆਈ ਐਡੀਸ਼ਨਲ? ਇਹ ਮੇਰੇ ਖਿਆਲ ਹੋ ਚੁੱਕਾ ਹੈ ਰਾਜੇ। ਹੈਲੋ ਸਰ, ਹੈਲੋ ਜੀ, ਪੰਜਾਬ ਦੀਆਂ 3 ਯੂਨੀਵਰਸਿਟੀਆਂ ਵਿੱਚੋਂ ਕਿਸੇ ਯੂਨੀਵਰਸਿਟੀ ਦੇ ਅੰਡਰ ਮੈਥ ਪੋਲੀਟੀਕਲ ਸਾਇੰਸ ਦਾ ਕੋਂਬੀਨੇਸ਼ਨ ਮਿਲ ਸਕਦਾ ਹੈ? ਨਹੀਂ ਹੈ, ਕਿਸੇ 'ਚ ਵੀ ਨਹੀਂ ਹੈ। ਫਿਰ ਵੀ ਮੈਂ ਕਨਫਰਮ ਕਰ ਦਾਂਗਾ, ਤੁਸੀਂ ਫੋਨ ਕਰਕੇ ਪੁੱਛ ਲਿਓ ਜਾਂ ਮੈਸੇਜ ਮੈਨੂੰ ਕਰ ਦਿਓ 8427458443। ਜੇ ਉਸ ਕਾਲਜ ਵਿੱਚ ਪੋਲੀਟੀਕਲ ਸਾਇੰਸ ਐਜ਼ ਮਾਈਨਰ ਸਬਜੈਕਟ ਅਵੇਲੇਬਲ ਹੋਵੇ ਜਾਂ ਫਿਰ ਮੈਥ ਅਤੇ ਲੈਂਗੁਏਜ, ਨਹੀਂ ਰਾਜੇ ਪ੍ਰੋਬਲਮ ਇਹ ਨਹੀਂ ਹੋਣੀ, ਮੈਂ ਤੁਹਾਨੂੰ ਦੱਸ ਰਿਹਾ, ਮੈਂ ਚੈੱਕ ਨਹੀਂ ਕੀਤਾ,
मैथ ते इहदा कॉम्बीनेशन हो सकता है तां बंदा ना होवे, पर ये भी नहीं है, तुसीं चैलेंज भी कर सकते हो सकता है मैथ ते पोलीटिकल साइंस का डेट शीट सेम डे होवे, डे इज सेम यूनिवर्सिटियां च, फिर वो कॉम्बीनेशन नहीं मिलता। पर जे अजिहा हो जाता है तो एग्जामीनेशन नू वो चेंज डेट शीट करनी पैंदी है। सो ये कन्फर्म करके दसांगा मैं, तुसीं वैसे गल कर लेना है ना। फिर तो जे होया तो फिर मिल जाता है। सर शिफ्टिंग प्रोसैस डिटेल च दसी आ रहा जे पिछे दस के आए इस वीडियो च, ते जिदा कॉलेज च फीस भर दिती गई सी उस फीस दा की बनेगा? वापस होएगी हर हालत में वो फीस, डोंट वरी, कितने नहीं जाती मिलेगी। कि कई दी फीस देखो वापस हुई है, फीस पे करन तो बाद की प्रोसीजर है? फिर तुसी चॉइस फिल करनी है 1 to 3 September दे विच। सर मैनू प्राइवेट कॉलेज मिलिया सी अकॉर्डिंग टू माई फर्स्ट प्रैफरेंस, ते मैं उत्थे रिपोर्ट भी किया सी ते फीस पे भी कर दिती सी, पर उन्होंने हुण मैं शिफ्टिंग करना चाहती हाँ। सर जे कॉलेज विच मैं शिफ्ट करना है वो रीड मोर है ना, उत्थे मेरे कॉम्बीनेशन दी जीरो वेकेंट सीट आ रही है ते कोई सीट नहीं है जनरल कोटे दी। जे गवर्नमेंट कॉलेज है तो कुछ नहीं हो सकता, जे प्राइवेट कॉलेज है फिर भी थर्ड काउंसलिंग च उत्थे कॉलेज तुसी जा सकते हो, थर्ड काउंसलिंग विच इत्थे तुसी शिफ्टिंग करके थर्ड काउंसलिंग दी ए कर लो, उस तो बाद थर्ड काउंसलिंग फिर शिफ्टिंग जा, शिफ्टिंग नहीं होएगी फिर तुहानू तो डायरैक्ट मिलेगी, फिर जिहड़ी है फीस दा थोड़ा बहुत नुकसान हो सकता है। मतलब कि तुहानू हुण तुसी मैनूं कॉलेज दसो जां 8427458843 ते इह केस डिस्कस कर लो। हैलो सर मेरे कोल बीए विच हिस्ट्री पोलीटिकल साइंस पंजाबी है, हिस्ट्री पोलीटिकल एसएसटी बन गया तुहाडा, हिस्ट्री एमए कीती है कि मैं मेजर सब्जैक्ट बनूंगा? राजे टीजीटी लिए एलिजिबल बन जाओ बैटर है, क्योंकि पोलीटिकल साइंस ते हिस्ट्री ना एसएसटी बनता है, कोई एडिशनल सब्जैक्ट नहीं देना पाएगा। इलैक्टिव पंजाबी कीती हुई है, इलैक्टिव पंजाबी है ना, हाँ कीती हुई है, इलैक्टिव पंजाबी है, तो एस एस टी पंजाबी तुहाडा बेस्ट कॉम्बीनेशन है। तो बाद विच एडिशनल पेपर हिस्ट्री का दे दिए, उहदियां पोस्टां रिलेटिव पिछली बार वैसे काफ़ी हिस्ट्री दियां निकलियां, पर है कितना सोहने फुल। सर एडमिशन कैंसल करवाउणी की प्रोसैस हो, फी पे करती? मतलब तुसी हुण पूरा दसो, जां तां फोन कर लो 8427458843 ते, क्योंकि तुहाडा जिहड़ा है तुसीं नहीं करनी बी एड ते हो जाती है। जे वो फीस वापस नहीं करते, ईमेल दिता गया है इस वीडियो के थले भी दे दिता, पहला भी डिस्कस किया होया है, सो ईमेल तुसीं वो कर दो ते कि मेरा कॉलेज नहीं वापस कर रहा, जे कर रहे ने मन रहे ने ठीक है, अदरवाइज इदा किया जा सकता है, मिल जाती है, कई वापस आई है फीस। सर मैं हरियाणा में से बीए हूँ, पीयू से एडिशनल फाइन आर्ट्स कर सकता हूँ? नहीं, पंजाब यूनिवर्सिटी चंडीगढ़ से पता कर लो, चंडीगढ़ में हो सकती है, पटियाला में नहीं हो सकता आपका एडिशनल, वो मैं मुझे आप फ़ोन करो मैं पता कर लूँगा। सर मैं कॉलेज शिफ्ट करना चाहती हाँ, पर जेड़ा कॉलेज मैंने अलॉट होया से उत्थे मैं रिपोर्ट की तो उन्होंने मैं यूनिवर्सिटी साइड पर एडमिट करके लॉक कर दिता। सर मैं हुण शिफ्ट करन दे पॉसिबल है? हाँ बिल्कुल हो सकता है, शिफ्टिंग जाओ, कल फीस पे करो जो फस्ट सीगा तुहाडा, ते 1 to 3 तक चॉइस फिल करो, जां मैनू कॉलेज इंटर माइग्रेशन, नहीं नहीं इंटर माइग्रेशन लैन की जरूरत नहीं, वह 1 साल बाद होंदी है, इस तरह ना करो। 16 रिप्लाई, माई गॉड, सेम हेयर, ओहो हो, तुसी किस कॉलेज विच रिपोर्ट की है? बठिंडा रीजनल सेंटर, तुसी अच्छा तुहाडी आपसा गलबात है, सो इदा नहीं है, तुसी शिफ्टिंग कर सकते हो, आराम नाल कर सकते हो, इहदे विच कोई प्रॉब्लम ही नहीं है, तुसी शिफ्टिंग करो, जे इस तों ज़्यादा कोई प्रॉब्लम है। ये किदा होएगा? हाँ वापस चला गया, हाँ ये रोना नहीं कौन है? सर मैनू पीटीए किमें लगू, पीटीए किमें लगू, म्यूजिक नाल मैथ मिल सकता है यूनिवर्सिटी तो या कॉलेज तो? आई वन एडमिशन स्टेट कॉलेज पटियाला, क्योंकि प्राइवेट कॉलेज की फीस बहुत ज़्यादा है। हाई रोना नहीं, ए भले घट फस्ट काउंसलिंग नाम आया, तुम है ना फोन करके मैं पूछो, तो केस मैं क्लीयर नहीं हो रहा, 8427458843 सैकेंड काउंसलिंग जरूर फिल करो, वो अपना कॉलेज ही फिल कर दो, नहीं मिलता तो थर्ड में फिर तुम ट्राई कर सकते हो मेरे ख्याल जिच। इतने चल हो गया है सर मेरे को इंग्लिश लिटरेचर हो गया है, मैं पता नहीं है किसी का जवाब रह गया हो सर, सानू किमें पता लगेगा कि सबजैक्ट लेना वो फिल हो गया है तो किन्ने सानू अवें पता लगेगा कि जो सबजैक्ट असी लेना हैगा उसते सीटा किनिया हन?
सीट मैट्रिसिस है, इतने जाओ आप पंजाब के, इतने गए तो आ देखो लिखा वेकेंट सीट्स, इतने क्लिक करो। इतने क्लिक करने तो बाद अपना कॉलेज यूनिवर्सिटी फिल करो, यूनिवर्सिटी कॉलेज फिल कर देता, फॉर एग्जाम्पल पंजाबी यूनिवर्सिटी पटियाला है, पंजाबी यूनिवर्सिटी पटियाला है, सिलेक्ट करना है कॉलेज, कॉलेज जिहड़ा है फॉर एग्जाम्पल तुसी कॉलेज पढ़ना है जी एन कॉलेज ऑफ एजुकेशन, हाँ कोई भी कॉलेज जिहड़ा भी पढ़ना है आप अपना भरते हाँ। मान लो तुसी सैक्रेट हार्ट कॉलेज ऑफ एजुकेशन बरनाला जाना है मेरे वाला कॉलेज, फिर तुहानू उत्थे पता लग जाएगा उत्थे 200 सीटा ने, 200 सीटा दे विच्चों टोटल सीट फिल 66 है ना, 108 सीटा खाली ने और मैनेजमेंट कोटे दियाँ अलग पईयां है सीटा 26 है, वो केड़ियां सीटा हन सारे कॉम्बीनेशन है तुहाडे सामने इस तरह पता लग जाता है 108। ओके वापस चलिए, सर ग्रेजुएशन में परसेंटेज इंक्री करनी हो तो इम्प्रूवमेंट फिल करने का कोई टाइम पीरियड होता है या फिर एमए में 70% है? नहीं, आपको इम्प्रूव करने चाहिए अभी, अगर गुरु नानक देव यूनिवर्सिटी अमृतसर से हो, यहाँ क्या है जीएनडीयू स्टार्ट, जी एंड मैंने आपको रिप्लाई भी किया है, जीएनडीयू से इम्प्रूवमेंट करना स्टार्ट है, 25,000 रुपया पहले फीस लगती है अगर यहाँ से की है, अगर यहाँ से नहीं की तो बात करने की ज़रूरत नहीं है, 30,000 के करीब खर्चा इसका आ जाता है और हर साल यूनिवर्सिटी प्लान करती है कि इस बार इम्प्रूवमेंट करवानी है या नहीं करवानी, दैट इज़ वाई हर बार आपको चेक करना पड़ेगा। काफ़ी हो गए, थैंक यू, ये देखो।